ਸ਼੍ਰੀ ਅਕਾਲ ਦੇ ਅਨਾਈਟ ਨਿਊਜ਼ ਵਿੱਚ ਦੇ ਬ੍ਰੇਕਫਾਸਟ ਸ਼ੋਅ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਇੰਗਲੈਂਡ ਅਤੇ ਯੂਰਪ ਦੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਆ। ਜ਼ਿੰਦਗੀ ਦਾ ਇੱਕ ਸੱਚ ਮੌਤ ਵੀ ਹੈ। ਕਿਸੇ ਨਾ ਕਿਸੇ ਬਹਾਨੇ ਨਾਲ ਇਨਸਾਨ ਰੱਬ ਨੂੰ ਪਿਆਰਾ ਹੋ ਜਾਂਦਾ ਹੈ ਅਤੇ ਫਿਰ ਪਰਿਵਾਰ ਵੱਲੋਂ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਹੈ। ਪਰ ਕਈ ਵਾਰ ਕੁਝ ਹਾਦਸਿਆਂ ਵਿੱਚ ਮੌਤ ਹੋ ਜਾਂਦੀ ਹੈ ਅਤੇ ਉਹਨਾਂ ਦੀ ਚਿਖਾ ਨੂੰ ਅੱਗ ਲਾਉਣ ਲਈ ਪਰਿਵਾਰ ਜਾਂ ਕੋਈ ਹੋਰ ਵਾਰਸ ਨਹੀਂ ਹੁੰਦਾ। ਅਜਿਹੇ ਲਵਾਰਸ ਲਾਸ਼ਾਂ ਦਾ ਅੰਤਮ ਸੰਸਕਾਰ ਕਰਦੇ ਨੇ ਪੰਡਿਤ ਓਮ ਪ੍ਰਕਾਸ਼ ਸ਼ਰਮਾ ਜੋ ਕਿ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਐਡੀ ਵੱਡੀ ਸੇਵਾ ਕਰਨ ਬਾਰੇ ਸੋਚਿਆ ਤੇ ਲਵਾਰਸ ਲਾਸ਼ਾਂ ਨੂੰ ਸੰਸਕਾਰ ਕਰਨ ਦਾ ਕਾਰਜ ਕਰਦੇ ਨੇ ਪੰਡਿਤ ਓਮ ਪ੍ਰਕਾਸ਼ ਸ਼ਰਮਾ ਜੀ ਜੋ ਕਿ ਸਾਡੇ ਸਟੂਡੀਓਜ਼ ਮੌਜੂਦ ਨੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੰਡਿਤ ਜੀ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੇ ਕਿ ਤੁਸੀਂ ਕਿਸ ਤਰ੍ਹਾਂ ਇਹ ਇਹ سلسلہ ਲਾਸ਼ਾਂ ਲਵਾਰਸ ਲਾਸ਼ਾਂ ਨੂੰ ਸੰਸਕਾਰ ਕਰਨ ਦਾ سلسلہ ਸ਼ੁਰੂ ਹੋਇਆ ਕਿੱਥੋਂ ਪ੍ਰੇਰਨਾ ਮਿਲੀ ਨਹੀਂ ਤੁਹਾਨੂੰ ਮੈਂ ਜੀ ਸਨ 1 ਕਾਟ ਦੇ ਵਿੱਚ ਪ੍ਰਿੰਟਿੰਗ ਐਂਡ ਸਟੇਸ਼ਨਰੀ ਚੰਡੀਗੜ੍ਹ ਚ ਨੌਕਰ ਹੋਇਆ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਮੈਂ ਇੱਕ ਆਲ ਇੰਡੀਆ ਸੇਵਾ ਸੰਮਤੀ ਚੰਡੀਗੜ੍ਹ ਹੈ ਮੈਂ ਉਸ ਦੇ ਵਿੱਚ ਹੋ ਗਿਆ ਉਹਨਾਂ ਦਾ ਕੰਮ ਜਿਹੜਾ ਥਾ ਮੰਦਰਾਂ ਦੇ ਵਿੱਚ ਸੇਵਾ ਕਰਨੀ ਔਰ ਲਾਹਾਰਸ਼ ਲਾਸ਼ਾਂ ਦੇ ਸੰਸਕਾਰ ਕਰਨੇ ਮੈਂ ਕਾਫੀ ਸਾਲ ਤੋਂ ਇਸ ਕੰਮ ਦੇ ਵਿੱਚ ਲੱਗਿਆ ਰਿਆਂ ਨਾਲ ਮੈਂ ਮਾਤਾ ਮਨਸਾ ਦੇਵੀ ਦੇ ਮੰਦਰ ਨਾਲ ਜੁੜ ਗਿਆ ਮਨਸਾ ਦੇਵੀ ਦੇ ਵਿੱਚ ਇੱਕ ਭੰਡਾਰਾ ਚਾਲੂ ਕੀਤਾ ਉਹ ਭੰਡਾਰਾ ਜਿਹੜਾ ਹੈ ਪਹਿਲੇ ਤਾਂ ਅਸੀਂ ਇੱਕ ਪੌੜੀਆਂ ਦੇ ਵਿੱਚ ਭੰਡਾਰਾ تھا ਉਸ ਨੂੰ ਚਾਲੂ ਕੀਤਾ ਅੱਜ ਕੱਲ ਜਿਹੜਾ ਭੰਡਾਰਾ ਚੱਲ ਰਿਹਾ ਹੈ ਉਹ ਮਾਤਾ ਮਨਸਾ ਦੇਵੀ ਸੇਵਕਦਾਰ ਤਰਮਾਰਥ ਐਂਡ ਭੰਡਾਰਾ ਕਮੇਟੀ ਉਹਦੇ ਵਿੱਚ ਮੈਂ ਸਵੇਰ ਤੋਂ ਲੈ ਕੇ ਰਾਤ ਤੱਕ ਭੰਡਾਰੇ 'ਚ ਸੇਵਾ ਕਰਦਾ ਹਾਂ ਨਾਲੇ ਜਿੰਨੀਆਂ ਵੀ ਸਾਰੇ ਕੋਲ ਲਬਾਰਸ਼ ਲਾਸ਼ਾਂ ਆਂਦੀਆਂ ਨਾ ਉਹਨਾਂ ਦਾ ਸੰਸਕਾਰ ਮੈਂ ਕਰਦਾ ਹਾਂ ਪੰਜਕੁੱਲੇ ਦੀਆਂ ਜਾਂ ਕਲਕਾ ਤੱਕ ਦੀਆਂ ਜਿੰਨੀਆਂ ਲਾਸ਼ਾਂ ਪੁਲਿਸ ਸਟੇਸ਼ਨਾਂ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਥਾਣੇ ਵਾਲੇ ਜਾਂ ਚੌਕੀ ਵਾਲੇ ਮਨਸਾ ਦੇ ਵੀ ਥਾਣੇ ਵਾਲੇ ਜਿਸ ਵੇਲੇ ਸਾਨੂੰ ਇਹ ਲੈਟਰ ਭੇਜਦੇ ਆ ਕਿ ਇਸ ਬਾਡੀ ਦਾ ਸੰਸਕਾਰ ਕਰਦਾ ਹੈ ਤਾਂ ਉਸ ਬਾਡੀ ਨੂੰ ਅਸੀਂ ਸੰਸਕਾਰ ਕਰਦੇ ਆ ਦੋ ਤਿੰਨ ਆਦਮੀ ਜੇਨ ਸ਼ਰਮਾ ਔਰ ਮੈਂ ਪੰਡਤੋਂ ਪ੍ਰਕਾਸ਼ ਔਰ ਮੇਰਾ ਲੜਕਾ ਹੈ ਪ੍ਰਦੀਪ ਸ਼ਰਮਾ ਅਸੀਂ ਫਿਰ ਆਪਣੇ ਪੱਲੇ ਤੋਂ ਪੈਸੇ ਖਰਚ ਕੇ ਇਹਦਾ ਸੰਸਕਾਰ ਕਰਦੇ ਆਂ ਪੰਡਿਤ ਜੀ ਕੀ ਤੁਹਾਨੂੰ ਇਹਦੇ ਵਿੱਚ ਇਸ ਕੰਮ ਦੇ ਵਿੱਚ ਤੁਸੀਂ ਬਹੁਤ ਵੱਡੀ ਸੇਵਾ ਸ਼ੁਰੂ ਕੀਤੀ ਹੈ ਇਹ ਐਚ ਕਿਸੇ ਤਰ੍ਹਾਂ ਦੀ ਕੋਈ ਮਦਦ ਮਿਲਦੀ ਹੈ ਕਿ ਤੋਂ ਨਹੀਂ ਅਸੀਂ ਨਾ ਮਦਦ ਮਿਲਦੀ ਹੈ ਨਾ ਅਸੀਂ ਮਦਦ ਲੈਂਦੇ ਆਂ ਵੈਸੇ ਚੰਡੀਗੜ੍ਹ ਦੇ ਵਿੱਚ ਮਦਦ ਲਈ ਇਹ ਹੈਲਥ ਡਿਪਾਰਟਮੈਂਟ ਪੈਸੇ ਦਿੰਦਾ ਹੈ ਮਗਰ ਅਸੀਂ ਨਹੀਂ ਲੈਂਦੇ ਅਸੀਂ ਆਪਣੇ ਪੱਲੇ ਤੋਂ ਕਰਦੇ ਆਂ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ਮਦਦ ਵੀ ਨਹੀਂ ਤੁਸੀਂ ਲੈਣਾ ਚਾਹੀ ਕਦੇ ਨਹੀਂ ਅਸੀਂ ਲੈਣਾ ਨਹੀਂ ਚਾਹਾਂਗੇ ਜੀ ਅਸੀਂ ਆਪਣੇ ਪੱਲੇ ਤੇ ਕਰਾਂਗੇ ਕਿਉਂਕਿ ਜਦ ਤੱਕ ਜਿੰਦਾ ਹੈ ਜਦ ਤੱਕ ਸਾਡਾ ਫਰਜ ਬਣਦਾ ਆਪਣੇ ਮਨ ਤੋਂ ਜਾਂ ਆਪਣੀ ਜੇਬ ਤੋਂ ਕੁਝ ਨਾ ਕੁਝ ਲਾਈਏ ਤੁਹਾਨੂੰ ਇਹਨਾਂ ਲਵਾਰਸ ਲਾਸ਼ਾ ਬਾਰੇ ਕਿੱਥੋਂ ਜਾਣਕਾਰੀ ਮਿਲਦੀ ਹੈ ਕਿੱਥੋਂ ਪਤਾ ਲੱਗਦਾ ਹੈ ਕਿ ਲਵਾਰਸ ਲਾਸ਼ਾ ਨੇ ਤੇ ਇਹਨਾਂ ਨੂੰ ਅਸੀਂ ਸਸਕਾਰ ਕਰਨਾ ਜਿਹੜੇ ਥਾਣੇ ਦੇ ਵੀ ਏਰੀਏ ਦੇ ਵਿੱਚ ਬਾਡੀ ਮਿਲਦੀ ਹੈ ਸਭ ਤੋਂ ਜ਼ਿਆਦਾ ਖਤਰਨਾਕ ਬਾਡੀ ਜਿਹੜੀ ਹੁੰਦੀ ਹੈ ਜਾਂ ਜ਼ਿਆਦਾ ਬਦਬੂ ਵਾਲੀ ਉਹ ਜਾਂ ਚੀਲਦੀ ਹੁੰਦੀ ਹੈ ਜਾਂ ਰੇਲਵੇ ਦੀ ਕਈ ਬਾਡੀਆਂ ਜਿਹੜੀਆਂ ਰੇਲਵੇ ਦੇ ਵਿੱਚ ਕੱਟ ਜਾਂਦੀਆਂ ਹਨ ਕੱਟਣ ਤੋਂ ਬਾਅਦ ਉਹਦੇ ਪੀਸ ਪੀਸ ਕਰਕੇ ਪੋਸਟਮਾਰਟਮ ਵਾਸਤੇ ਆਉਂਦੇ ਆ ਅਸੀਂ ਬਾਡੀ ਉਸੇ ਨੂੰ ਚੱਕਦੇ ਆ ਜਿਹਦਾ ਪੋਸਟਮਾਰਟਮ ਹੋ ਜਾਏ ਪੰਡਿਤ ਜੀ ਜਿਵੇਂ ਕਈ ਲਵਾਰਸ ਲਾਸ਼ਾਂ ਹੁੰਦੀਆਂ ਨੇ ਹਾਦਸੇ ਦੇ ਵਿੱਚ ਬਹੁਤ ਸਾਰੀਆਂ ਲਵਾਰਸ ਲਾਸ਼ਾਂ ਹੁੰਦੀਆਂ ਨੇ ਕਦੇ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਕਿਸੇ ਦੇ ਪਰਿਵਾਰ ਨੂੰ ਵੀ ਲੱਭਿਆ ਜਾਵੇ ਸਾਡੀ ਤਾਂ ਪੂਰੀ ਕੋਈ ਇਹ ਡਿਊਟੀ ਹੁੰਦੀ ਆ ਜੀ ਪੁਲਿਸ ਦੀ ਜੀ ਕਿਉਂਕਿ ਜਿੰਨੀ ਉਹਨਾਂ ਨੇ ਇਨਕੁਆਇਰੀ ਕਰਨੀ ਆ 24 ਘੰਟੇ ਪੁਲਿਸ ਵਾਲਿਆਂ ਨੂੰ ਆਰਡਰ ਹੁੰਦੇ ਆ ਕਿ ਮੋਰਚਰੀ ਦੇ ਵਿੱਚ ਰੱਖ ਕਰਕੇ ਅਖਬਾਰਾਂ ਦੇ ਵਿੱਚ ਦੇ ਕਰਕੇ ਉਹਦੇ ਪਰਿਵਾਰ ਵਾਲਿਆਂ ਨੂੰ ਲੱਭਿਆ ਜਾਏ ਪੰਡਿਤ ਜੀ ਵੈਸੇ ਇਹ ਜਿਹੜਾ ਲਵਾਰਸ ਲਾਸ਼ਾਂ ਦਾ ਸੰਸਕਾਰ ਕਰਨ ਦਾ ਕੰਮ ਹੈ ਇਸ ਨੂੰ ਅਕਸਰ ਲੋਕ ਬੁਰਾ ਮੰਨਦੇ ਨੇ ਕਹਿੰਦੇ ਨੇ ਚੰਗਾ ਨਹੀਂ ਆਪਸ਼ਗੂ ਨੇ ਕਹਿ ਦਿੰਦੇ ਆ ਤੇ ਇਸ ਬਾਰੇ ਤੁਸੀਂ ਕਿਸ ਤਰ੍ਹਾਂ ਸੋਚਿਆ ਦੇਖੋ ਜੀ ਜਿਹੜੇ ਇਸ ਚੀਜ਼ ਨੂੰ ਅਪਸ਼ਗਨ ਮੰਨਦੇ ਆ ਮੇਰੇ ਤੋਂ ਤਾਂ ਭਗਵਾਨ ਉਸ ਮਾਲਕ ਦੀ ਦੇਣ ਹੈ ਕਿ ਜਦੋਂ ਤੇ ਮੈਂ ਇਹ ਕੰਮ ਕੀਤਾ ਇਹ ਕੰਮ ਸੇਵਾ ਦਾ ਕਰਿਆ ਹੈ ਮੇਰਾ ਪਰਿਵਾਰ ਤਾਂ ਫੜਿਆ ਫੁੱਲਿਆ ਬਹੁਤ ਚੰਗਾ ਹੈ ਜੀ ਪੰਡਿਤ ਜੀ ਪਰਿਵਾਰ ਦੀ ਗੱਲ ਆਈ ਹੈ ਤੇ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਤੁਹਾਨੂੰ ਪਰਿਵਾਰ ਨੇ ਕਿਸ ਤਰ੍ਹਾਂ ਦਾ ਸਮਰਥਨ ਦਿੱਤਾ ਉਸ ਪਾਸੋਂ ਕੋਈ ਤੁਹਾਨੂੰ ਕਦੇ ਦਿੱਕਤ ਤਾਂ ਨਹੀਂ ਆਈ ਪਹਿਲੇ ਜਦ ਨਵਾਂ ਨਵਾਂ ਕੰਮ ਮੈਂ ਸ਼ੁਰੂ ਕੀਤਾ ਤਾਂ ਮੇਰੀ ਧਰਮ ਪਤਨੀ ਜਿਹੜੀ ਆ ਇਸ ਤੋਂ ਖਿਲਾਫ ਸੀ ਬਹੁਤ ਖਲਾਬ ਸੀ ਕਿ ਤੁਸੀਂ ਕੰਮ ਕਰਕੇ ਆ ਕਰਕੇ ਕਿਉਂ ਘਰ ਵਰਦੇ ਹੋ ਇਹ ਕੰਮ ਨਹੀਂ ਕਰਨਾ ਪਰ ਮੈਨੂੰ ਇਹ ਕੰਮ ਅੱਛਾ ਲੱਗਿਆ ਮੈਂ ਉਹਨਾਂ ਨੂੰ ਬੈਠ ਕੇ ਸਮਝਾਇਆ ਕਿ ਭਈ ਮੈਨੂੰ ਜਿੰਨੀ ਤਨਖਾਹ ਮਿਲਦੀ ਆ ਉਹ ਤੇਰੇ ਪਾਸ ਜਾਂਦੀ ਆ ਮੈਂ ਨਹੀਂ ਰੱਖਦਾ ਇੱਕ ਵੀ ਪੈਸਾ ਮੈਨੂੰ ਜਦ ਇੱਕ ਰਪਈ ਦੀ ਲੋੜ ਪੈਂਦੀ ਆ ਮੈਂ ਪਿਖਾਰੀ ਦੀ ਤਰ੍ਹਾਂ ਉਹਦੇ ਕੋਲੋਂ ਮੰਗਦਾ ਤੇ ਮੈਂ ਇਹ ਕੰਮ ਨਹੀਂ ਛੱਡਾਂਗਾ ਔਰ ਮੈਂ ਇਹ ਕੰਮ ਨਹੀਂ ਛੱਡਿਆ ਔਰ ਜਦ ਤੱਕ ਜਿੰਦਾ ਜਦ ਤੱਕ ਕਰਾਂਗਾ ਪੰਡਿਤ ਜੀ ਕੋਲਰ ਸਾਡੇ ਨਾਲ ਜੁੜ ਗਏ ਨੇ ਸੁਣਦੇ ਹਾਂ ਕੀ ਕਹਿਣਾ ਉਹਨਾਂ ਦਾ ਹੈਲੋ ਕੀ ਨਾਇ ਤੁਹਾਡਾ ਕਿੱਥੋਂ ਬੋਲ ਰਹੇ ਹੋ ਹੈਲੋ ਜੀ ਮੈਂ ਜੰਮੂ ਕਸ਼ਮੀਰ ਤੋਂ ਹਰੀਸ਼ ਕੁਮਾਰ ਬੋਲਦਾ ਪਿਆ ਮਾ ਹਾਂ ਜੀ ਹਰੀਸ਼ ਕੁਮਾਰ ਜੀ ਕੀ ਕਹਿਣਾ ਚਾਹੋਗੇ ਥੈਂਕ ਯੂ ਇੱਕ ਤੇ ਪਹਿਲਾਂ ਮੈਂ ਤੁਹਾਡੇ ਨਾਲ ਥੈਂਕ ਯੂ ਕਰਨਾ ਚਾਹਾਂਗਾ ਕਿ ਮੇਰਾ ਰੋਜ਼ ਫੋਨ ਮਿਲ ਜਾਂਦਾ ਅੱਜ ਕੱਲ ਤੇ ਬੜੀ ਖੁਸ਼ੀ ਸੀ ਵੀ ਇਹ ਮੇਰੇ ਵਾਸਤੇ ਅੱਗੇ ਸਾਰਨਾ ਗੱਲ ਹੁੰਦੀ ਤੇ ਅੱਜ ਤੁਹਾਡੇ ਨਾਲ ਗੱਲ ਹੋ ਰਹੀ ਹੈ ਜੀ ਤੇ ਪੰਡਿਤ ਜੀ ਨਾਲ ਇਹ ਗੱਲ ਪੁੱਛਣਾ ਚਾਹਾਂਗਾ ਕਿ ਪੰਡਿਤ ਜੀ ਜੇ ਤੁਸੀਂ ਸੇਵਾ ਕਰਦੇ ਹੋ ਤਾਂ ਤੁਹਾਡਾ ਕਾਰੋਬਾਰ ਹੋਏਗਾ ਤਾਂ ਕੋਈ ਸੇਵਾ ਮਤਲਬ ਕਿ ਪੈਸੇ ਦਾ ਪ੍ਰੋਜੈਕਟ ਬੰਦਾ ਐਂਜ ਕੋਣ ਮਤਲਬ ਕਿ ਕਿਥੋਂ ਆਂਦਾ ਨਹੀਂ ਪਹਜਾਂਦਾ ਨਹੀਂ ਤਾਂ ਫਿਰ ਕਿਥੋਂ ਬੰਦਾ ਕਰ ਸਕਦਾ ਕੰਮ ਕੋਈ ਨਾ ਕੋਈ ਸੰਸਥਾ ਜੁੜੀ ਹੋਊਗੀ ਕੋਈ ਨਾ ਕੋਈ ਤੇ ਹੋਏਗਾ ਇਸ ਤੁਹਾਡੇ ਨਾਲ ਦੇ ਵਿੱਚ ਤਦੇ ਦੇ ਪੈਸੇ ਦਾ ਜਾਂ ਦੇ ਪੰਡਿਤ ਜੀ ਦਾ ਕਾਰੋਬਾਰੀਟਾ ਵੱਡਾ ਤੇ ਆ ਰਿਹਾ ਪੈਸਾ ਤੇ ਕੰਮ ਹੋ ਰਿਹਾ ਨਹੀਂ ਤੇ ਕੋਈ ਸੰਸਥਾ ਦੇ ਨਾਲ ਪ੍ਰੋਜੈਕਟ ਤੇ ਹੈ ਹੀ ਐ ਜੀ ਬਿਲਕੁਲ ਇਸ ਗੱਲ ਦਾ ਤੁਹਾਡਾ ਜਵਾਬ ਦੇਵਾਇਆ ਕਾਲ ਕਰਨੀ ਬਹੁਤ ਬਹੁਤ ਧੰਨਵਾਦ ਮੈਂ ਜੀ ਮੈਨੂੰ ਜਿਹੜੀ ਪੈਨਸ਼ਨ ਮਿਲਦੀ ਹੈ ਰੋਟੀ ਪਾਣੀ ਦਾ ਘਰ ਮੇਰੇ ਬੱਚੇ ਦੋਨੋਂ ਹਿਸਾਬ ਕੋ ਸਰਵਿਸ ਕਰਦੇ ਨੇ ਰੋਟੀ ਪਾਣੀ ਉਹ ਦੇ ਦੇ ਦਿੰਦੇ ਆ ਨਾਲੇ ਸਾਨੂੰ ਅਗਰ ਜੇ 1000 ਰੁਪਏ ਮਹੀਨੇ ਦਾ ਜਾਂ 1500 ਜਾਂ ਕਿਸੇ ਵੇਲੇ ਬੋਡੀ ਕਾਂਦੀ ਜਾਂ ਮਹੀਨੇ ਦੇ ਵਿੱਚ ਕਈ ਵਾਰੀ ਦੋ ਤਿੰਨ ਵੀ ਆ ਜਾਂਦੀਆਂ ਅਸੀਂ ਦੋ ਬੰਦੇ ਰਲ ਕੇ ਅੱਧੇ ਅੱਧੇ ਪੈਸੇ ਪਾ ਕਰਕੇ ਇਸ ਕੰਮ ਨੂੰ ਕਰ ਦਿੰਦੇ ਆ ਇਸ ਕੰਮ ਨੂੰ ਅਸੀਂ ਧਰਮ ਦਾ ਕੰਮ ਸਮਝਦੇ ਆ ਜੀ ਬਿਲਕੁਲ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਗਏ ਨੇ ਹੈਲੋ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ ਨਮਸਕਾਰ ਜੀ ਤੇ ਪੰਡਤ ਗਿਆਨ ਵੀ ਸਪੈਸ਼ਲ ਨਮਸਕਾਰ ਹੱਥ ਜੋੜ ਕੇ ਪ੍ਰਣਾਮ ਕਰਦਾ ਹਾਂ ਜੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਂ ਜੀ ਕੀ ਕਹਿਣਾ ਚਾਹੋਗੇ ਹਾਂ ਜੀ ਮੈਂ ਮੁਹੰਮਦ ਅਨਵਾਰ ਅंसारी ਜੀ ਮੰਡਈ ਐਮਡਰ ਤੋਂ ਮਡੰਈ ਲੋਕ ਕੋਚ ਨੇ ਸੱਲਾ ਕੋਚ ਡੈਨ ਨਾਈਟ ਨਿਯੋਜਨਾਵਾ ਜੋਗੇ ਪ੍ਰੋਗਰਾਮ ਬਹੁਤ ਹੀ ਵਧੀਆ ਪ੍ਰਸੰਨ ਪ੍ਰਸਤ ਕਰ ਰਹੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਕਨਵਰ ਸੰਤੋ ਗਿਆਨ ਵੀ ਮੁਲਾਕਾਤ ਦੇ ਵਿੱਚ ਲਿਆਤਾ ਜਾਵੇ ਕਿਉਂਕਿ ਦੂਜੀ ਬੈਂਤੀ ਇਹ ਪੰਡਤ ਜੀ ਨੂੰ ਜੋ ਕਿ ਇੰਨਾ ਵਧੀਆ ਕੰਮ ਕਰ ਰਹੇ ਨੇ ਪਰਮਾਤਮਾ ਸਾਡੇ ਤਾਂ ਅੱਗੇ ਇਹੋ ਦੁਆ ਵਾਗੇ ਇਹਨਾਂ ਦੀ ਉਮਰ ਲੰਬੀ ਲੋਕ ਗੀਤਾ ਜਿੰਨੀ ਹੋਵੇ ਕਿਉਂਕਿ ਕਹਿੰਦੇ ਨੇ ਕਿ ਨਾ ਜੀਣਾ ਦਾ ਕਿਸੇ ਔਰ ਦੇ ਲਈ ਜੀਣਾ ਸਿੱਖੋ ਜੀ ਦਾ ਬੰਦਾ ਹਰ ਇਨਸਾਨ ਆਪਦੇ ਲਈ ਜੀਂਦਾ ਜੀ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ ਅਸੀਂ ਤੁਹਾਡੀ ਗੱਲ ਤੇ ਜ਼ਰੂਰ ਗੌਰ ਫਰਮਾਵਾਂਗੇ ਤਾਂ ਤੁਹਾਡੇ ਇਸ ਕਾਰਜ ਦੀ ਬਹੁਤ ਸ਼ਲਾਘਾ ਕਰ ਰਹੇ ਨੇ ਲੋਕ ਬਹੁਤ ਖੁਸ਼ ਨੇ ਕਿ ਤੁਸੀਂ ਇਸ ਤਰ੍ਹਾਂ ਦਾ ਕਾਰਜ ਕੀਤਾ ਤੇ ਪੰਡਿਤ ਜੀ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਤੇ ਇਸ ਦੇ ਨਾਲ ਹੁਣ ਤੁਹਾਡਾ ਪੁੱਤਰ ਵੀ ਇਸ ਕੰਮ ਦੇ ਵਿੱਚ ਜੁੜ ਗਿਆ ਤੇ ਉਹ ਵੀ ਕਿਉਂਕਿ ਨੌਕਰੀ ਕਰਦੇ ਨੇ ਤੇ ਇਹਨਾਂ ਸਮਾਂ ਕਿੱਥੋਂ ਨਿਕਲਦਾ ਹੈ ਸਮਾਂ ਤੇ ਮੈਂ ਤਾਂ ਬਿਲਕੁਲ ਫਰੀ ਆ ਜੀ ਜਿਹੜਾ ਮੇਰਾ ਬੇਟਾ ਹੈ ਉਹ ਫਿਰ ਇਸ ਕੰਮ ਵਾਸਤੇ ਸਮਾਂ ਕੱਢ ਲੈਂਦਾ ਹੈ ਅਗਰ ਉਹਦੇ ਕੋਲ ਸਮਾਂ ਨਾ ਹੋਵੇ ਟੂਰ ਤੇ ਗਿਆ ਹੋਵੇ ਉਹਦੀ ਟੂਰਿੰਗ ਜੌਬ ਹੈ ਅਗਰ ਜੋ ਟੂਰ ਤੇ ਹੋਵੇ ਤੇ ਮੈਂ ਜਾ ਕਰਕੇ ਕਰਾ ਦੇਣਾ ਹੈ ਮੇਰਾ ਸਾਥੀ ਦੂਸਰਾ ਜਿਹੜਾ ਜੇ ਐਨ ਸ਼ਰਮਾ ਹੈ ਉਹ ਵੀ ਰਿਟਾਇਰ ਹੈ ਐਸ ਡੀਓ ਉਹ ਵੀ ਆਪਣਾ ਟਾਈਮ ਜਿਹੜਾ ਉਸੇ ਟਾਈਮ ਸਾਡੇ ਨਾਲ ਚੱਲ ਪੈਂਦਾ ਹੈ ਪੰਡਿਤ ਜੀ ਤੁਸੀਂ ਇਹਦੇ ਤੇ ਸਾਰਾ ਜਿਵੇਂ ਖਰਚਾ ਖੁਦ ਕਰਦੇ ਹੋ ਜਾਂ ਤੁਹਾਡੇ ਇੱਕ ਹੋਰ ਸਾਥੀ ਨੇ ਦੋਵੇਂ ਮਿਲ ਵੰਡ ਕੇ ਕਰਦੇ ਹੋ ਤੇ ਕਦੇ ਤੁਹਾਡੇ ਮਨ ਚ ਨਹੀਂ ਆਇਆ ਕਿ ਕਾਸ਼ ਕਿ ਤੋ ਸਰਕਾਰ ਤੋਂ ਹੀ ਕੋਈ ਆਰਥਿਕ ਮਦਦ ਮਿਲਦੀ ਤੇ ਅਸੀਂ ਇਸ ਕੰਮ ਨੂੰ ਥੋੜਾ ਹੋਰ ਅੱਛੀ ਤਰ੍ਹਾਂ ਕਰ ਸਕਦੇ ਮੈਂ ਜੀ ਸਭ ਤੋਂ ਪਹਿਲੇ ਗਰੀਬੀ ਦੇ ਵਿੱਚੋਂ ਨਿਕਲਿਆ ਔਰ ਇਸ ਵੇਲੇ ਭਗਵਾਨ ਨੇ ਸਭ ਕੁਝ ਦਿੱਤਾ ਜਿਸ ਕਰਕੇ ਮੈਂ ਸਰਕਾਰ ਤੋਂ ਮਦਦ ਕਿਸੇ ਕਿਸਮ ਦੀ ਇਸ ਕੰਮ ਵਾਸਤੇ ਨਹੀਂ ਚਾਹੁੰਦਾ ਮੈਂ ਆਪਣੇ ਪੱਲੇ ਤੇ ਲਾਣਾ ਚਾਹੁੰਦਾ ਪੱਲੇ ਤੇ ਕਰਨਾ ਚਾਹੁੰਦਾ ਮੇਰੇ ਤੇ ਬੱਚਿਆਂ ਦੇ ਬੱਚੇ ਜਿਹੜੇ ਆਪਣਾ ਆਪਣਾ ਪਰਿਵਾਰ ਪਾਲ ਰਹੇ ਆ ਮੇਰੇ ਤੋਂ ਕੋਈ ਬੱਚਿਆਂ ਦਾ ਬੋਝ ਨਹੀਂ ਹੈ ਜੀ ਬਿਲਕੁਲ ਬਹੁਤ ਵੱਡੀ ਸੇਵਾ ਕਰ ਰਹੇ ਹੋ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਗਏ ਨੇ ਹੈਲੋ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ ਹੈਲੋ ਪਰਮ ਸਿੰਘ ਜੀ ਬੱਧੀ ਦਾ ਹਾਂਜੀ ਪਰਮ ਸਿੰਘ ਜੀ ਕੀ ਕਹਿਣਾ ਚਾਹੋਗੇ ਮੈਂ ਪੁੱਛ ਰਹੀ ਸੀ ਪੰਡੇ ਜੀ ਕਿੱਥੋਂ ਕਿੱਥੇ ਰਹਿੰਦੇ ਆਣ ਵਾਲੇ ਆ ਹਾਂਜੀ ਪੰਡਿਤ ਜੀ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਨੇ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡੇ ਬਾਰੇ ਜਾਣਨ ਦੇ ਬਹੁਤ ਇੱਛੁਕ ਨੇ ਕਿ ਕਿੱਥੋਂ ਦੇ ਰਹਿਣ ਵਾਲੇ ਹੋ ਕਿੱਦਾਂ ਸ਼ੁਰੂ ਕੀਤਾ ਇਹ ਕੰਮ ਸਾਰਾ ਮੈਂ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਜੀ ਔਰ ਮੈਂ ਸਨ 59 ਦੇ ਵਿੱਚ ਚੰਡੀਗੜ੍ਹ ਆ ਗਿਆ ਥਾ ਸਨ 61 ਚ ਮੈਂ ਨੌਕਰ ਹੋ ਗਿਆ ਥਾ ਪ੍ਰਿੰਟਿੰਗ ਐਂਡ ਸਟੇਸ਼ਨਰੀ ਡਿਪਾਰਟਮੈਂਟ ਦੇ ਵਿੱਚ ਔਰ ਮੈਂ ਉਸ ਟਾਈਮ ਇੱਕ ਗਰੀਬ ਪਰਿਵਾਰ ਤੋਂ ਥਾ ਤੇ ਹੁਣ ਮੈਂ ਮਨਸਾ ਦੇਵੀ ਮਾਤਾ ਮਨਸਾ ਦੇਵੀ ਦਾ ਮੰਦਰ ਤੁਸੀਂ ਲੋਕਾਂ ਨੇ ਸੁਣਿਆ ਹੋਣਾ ਉੱਥੇ ਹੀ ਮੈਂ ਮਕਾਨ ਬਣਾਇਆ ਹੋਇਆ ਇੱਕ ਛੋਟਾ ਜਿਹਾ ਮੈਂ ਉਸ ਮਕਾਨ 'ਚ ਰਹਿਣਾ ਜੀ ਪੰਡਿਤ ਜੀ ਕਈ ਵਾਰੀ ਜਿਹੜੀਆਂ ਲਾਸ਼ਾਂ ਹੁੰਦੀਆਂ ਨੇ ਉਹਨਾਂ ਦੀ ਹਾਲਤ ਬਹੁਤ ਬੱਤਰ ਹੁੰਦੀ ਹੈ ਕਿਉਂਕਿ ਕਈ ਹਾਦਸੇ ਦੇ ਵਿੱਚ ਹੁੰਦੀਆਂ ਕੋਈ ਸੜੀਆਂ ਹੁੰਦੀਆਂ ਤੇ ਇਸ ਦੌਰਾਨ ਜ਼ਰੂਰ ਤੁਹਾਡੇ ਮਨ ਚਾਉਂਦਾ ਹੋਏਗਾ ਕਿ ਹੇ ਕਦੇ ਕਾਰਜ ਨਹੀਂ ਕਰਾ ਸ਼ਾਇਦ ਕਦੇ ਇਸ ਤਰ੍ਹਾਂ ਦਾ ਤੁਹਾਡੇ ਮਨ ਚ ਆਇਆ ਦੇਖੋ ਜੀ ਕੋਸ਼ ਬਦਬੂ ਬਹੁਤ ਹੁੰਦੀ ਹੈ ਕਈ ਵਾਰ ਐਸਾ ਹੁੰਦਾ ਹੈ ਕਿ ਚੱਕਣ ਨੂੰ ਇਹ ਨਹੀਂ ਕਰਦਾ ਲੇਕਿਨ ਆਦਮੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਗਰ ਮੇਰੇ ਨਾਲ ਹੀ ਐਸਾ ਹਾਸਾ ਹੋ ਜਾਏ ਮੈਂ ਹੀ ਕਿਥੇ ਐਸੇ ਹਾਸੇ ਦੇ ਵਿੱਚ ਹੋ ਜਾਵਾਂ ਤੇ ਮੈਨੂੰ ਵੀ ਕੋਈ ਨਾ ਕੋਈ ਚੱਕੇਗਾ ਜੀ ਬਿਲਕੁਲ ਪਟੇ ਜੀ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਕੀ ਨਾਏ ਤੁਹਾਡਾ ਕਿਥੋਂ ਬੋਲ ਰਹੇ ਹੋ ਮੈਮ ਨਰੇਸ਼ ਕੁਮਾਰ ਬੋਲ ਰਹਾ ਮੈਡਮ ਮੈਂ ਮਹਾਤਰਾ ਪ੍ਰਦੇਸ਼ ਹਾਂਜੀ ਨਰੇਸ਼ ਕੁਮਾਰ ਜੀ ਕੀ ਕਹਿਣਾ ਚਾਹੋਗੇ ਮੈਮ ਪੰਨਜੀ ਦੇ ਬਾਰੇ ਵਿੱਚ ਪੁੱਛਣਾ ਹੈ ਹਾਂਜੀ ਪੁੱਛिए ਕੀ ਪੁੱਛਣਾ ਹੈ ਮੈਂ ਪੰਡਤ ਜੀ ਦੇ ਪੁੱਛਣਾ ਹੀ ਹਮਾਚਲ ਪ੍ਰਦੇਸ਼ ਕਿਹਾਂ ਕਿਨਾਰੇ ਵਾਲੇ ਆ ਜੀ ਆਪਕਾ ਕਾਲ ਕਰਨੇ ਕੇ ਲਿਏ ਬਹੁਤ ਬਹੁਤ ਸ਼ੁਕਰੀਆ ਸਰ ਤੋਂ ਬਾਰੇ ਬਹੁਤ ਲੋਕ ਜਾਣਨਾ ਚਾਹੁੰਦੇ ਨੇ ਪੰਡਿਤ ਜੀ ਕਿ ਹਿਮਾਚਲ ਪ੍ਰਦੇਸ਼ ਦੇ ਕਿਹੜੀ ਥਾਂ ਤੋਂ ਤੁਸੀਂ ਬਿਲੋਂਗ ਕਰਦੇ ਹੋ ਕਿਉਂਕਿ ਤੁਸੀਂ ਬਹੁਤ ਵੱਡਾ ਕਾਰਜ ਸ਼ੁਰੂ ਕੀਤਾ ਹੈ ਸਮਾਜਿਕ ਕਾਰਜ ਮੈਂ ਜੀ ਹਿਮਾਚਲ ਦੇ ਵਿੱਚ ਨਦਾਉਨ ਦੇ ਪਾਸ ਗਲੋਲਪਿੰਡ ਹੈ ਇੱਕ ਹਮੇਰਪੁਰ ਦੇ ਡਿਸਟ੍ਰਿਕਟ ਹਮੇਰਪੁਰ ਮੈਂ ਉੱਥੇ ਦਾ ਮੇਰਾ ਜਨਮ ਹੈ ਔਰ ਉੱਥੇ ਦਾ ਰਹਿਣ ਵਾਲਾ ਜੀ ਬਿਲਕੁਲ ਤੁਸੀਂ ਬਹੁਤ ਛੋਟੇ ਜਿਹੇ ਪਿੰਡ ਤੋਂ ਬਿਲੋਂਗ ਕਰਦੇ ਹੋ ਫਿਰ ਵੀ ਤੁਸੀਂ ਇੰਨਾ ਵੱਡਾ ਕਾਰਾ ਸ਼ੁਰੂ ਕੀਤਾ ਤੇ ਇੱਕ ਹੋਰ ਕੋਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਕੀ ਨਾਇ ਤੁਹਾਡਾ ਕਿੱਥੋਂ ਬੋਲ ਰਹੇ ਹੋ ਮੈਂ ਮਨੀਸ਼ ਸ਼ਰਮਾ ਸ਼ਿਮਲਾ ਸੇ ਬੋਲ ਰਹਾ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਪਹਿਲੇ ਬੰਦੇ ਜੀ ਨੂੰ ਸ਼ੁਕਰੀਆ ਦਾ ਕਰਨਾ ਚਾਹੁੰਦਾ ਬਹੁਤ ਇਹਨਾਂ ਨੇ ਵਧੀਆ ਕੰਮ ਸ਼ੁਰੂ ਕੀਤਾ ਹੈ ਲੇਕਿਨ ਇਹਨੇ ਕਰੇ ਜਿਹੜੀਆਂ ਐ ਤੇ ਡੈਡ ਗੋੜੀਆਂ ਨੂੰ ਜਾਲਦੇ ਨੇ ਉਹਦੀਆਂ ਅਸਤੀਆਂ ਵਗੈਰਾ ਕਿੱਥੇ ਰੱਖਦੇ ਐ ਇੰਨੀਆਂ ਜੀ ਬਿਲਕੁਲ ਤੁਹਾਡਾ ਕਾਲ ਕਰਨੀ ਬਹੁਤ ਬਹੁਤ ਸ਼ੁਕਰੀਆ ਹਾਂ ਜਿਹੜੀਆਂ ਅਸਤੀਆਂ ਨੇ ਜੀ ਹਰ ਤਿੰਨ ਮਹੀਨੇ ਬਾਅਦ ਅਸੀਂ ਜਲ ਪ੍ਰਵਾਹ ਹਰ ਦੁਆਰ ਕਰਕੇ ਆਨੇ ਆ ਗੱਲ ਕਰ ਲੈਨੇ ਸਾਡੇ ਨਾਲ ਕੁਝ ਹੋਰ ਕਾਲਰ ਜੁੜੇ ਹੋਏ ਨੇ ਹੈਲੋ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ ਹੈਲੋ ਹਾਂਜੀ ਮੈਂ ਸਰਿੰਦਰ ਹੈਲੋ ਹਾਂਜੀ ਹਾਂਜੀ ਮੈਂ ਸਰਿੰਦਰ ਕੁਮਾਰ ਸੋਤੀ ਸ਼ਾਹਕੋਟੋਂ ਬੋਲ ਰਿਹਾ ਜੀ ਹਾਂਜੀ ਕੀ ਪੁੱਛਣਾ ਚਾਹੋਗੇ सुरेंद्र ਮੈਂ ਇਹ ਇਹ ਪੁੱਛ ਰਿਹਾ ਜਿੰਦਾ ਜਿਹੜਾ ਇੰਨਾ ਵੱਡਾ ਪੰਦਰਜੀ ਕੰਮ ਕਰ ਰਹੇ ਆ ਜੀ ਇਹ ਕੰਮ ਦੇ ਵਿੱਚ ਇਹ ਕਿਉਂ ਸਾਨੂੰ ਅਸੀਂ ਥੇਲੀ ਪੌਣੀ ਜੇ ਅਸੀਂ ਇਹਨਾਂ ਨੂੰ ਦੇਣੀ ਚਾਹੀਏ ਤੇ ਅਸੀਂ ਕਿਸ ਤਰ੍ਹਾਂ ਦੇ ਸਕਦੇ ਆ ਇਹ ਆਪਣਾ ਅਕਾਊਂਟ ਨੰਬਰ ਕਿਉਂ ਨਹੀਂ ਸਾਨੂੰ ਸ਼ੋਅ ਕਰਦੇ ਵੀ ਅਸੀਂ ਉਹ ਚ ਥੇਲੀ ਚਾਉਣੀ ਅਸੀਂ ਵੀ ਭਾਗੀ ਹਿੱਸਾ ਵਿੱਚ ਤੇ ਨੰਬਰ 2 ਤੇ ਮੈਂ ਤੁਹਾਡੇ ਡੀਐਨ ਨਾਇਰ ਦਾ ਪ੍ਰੋਗਰਾਮ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੰਨੇ ਵਧੀਆ ਪ੍ਰੋਗਰਾਮ ਦਿਖਾ ਰਹੇ ਜੀ ਯਕੀਨ ਕਰਿਓ ਮੈਂ ਕੰਮ ਕਰਦਾ ਪਿਆ ਸੀ ਸਫਾਈ ਕਰਦਾ ਪਿਆ ਸੀ ਦੁਕਾਨ ਤੇ ਤਾਂ ਮੇਰੀ ਸਫਾਈ ਰੋ ਗਈ ਤੁਹਾਡਾ ਪ੍ਰੋਗਰਾਮ ਦੇਖ ਕੇ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਲਈ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ ਮੈਂ ਮੋਗਾ ਜਲਾ ਤੋਂ ਬੋਲ ਰਹਾ ਜੀ ਕੀ ਰਸੈ ਨਾ ਹਾਂਜੀ ਕੀ ਕਹਿਣਾ ਚਾਹੋਗੇ ਮੈਂ ਪੰਡ ਜੀ ਨੂੰ ਵਧਾਈ ਦੇਣੀ ਕਿਉਂ ਨਾ ਤੁਹਾਨੂੰ ਵੀ ਵਧਾਈ ਦੇਣੀ ਚਾਹੁੰਦਾ ਇਹੋ ਜੇ ਪ੍ਰੋਗਰਾਮ ਲੋਕਾਂ ਨੂੰ ਦਿਖਾਇਆ ਕਰੋ ਬਹੁਤ ਤੁਸੀਂ ਵਧੀਆ ਕੰਮ ਕਰ ਰਹੇ ਆਂ ਜੀ ਵਧਾਈ ਦੇ ਪਾਤਰ ਆ ਜੀ 15 ਜੀ ਵੀ ਵਧਾਈ ਦੇ ਪਾਤਰ ਜਿਹੜੇ ਇਹਨਾਂ ਨੇਕ ਕੰਮ ਕਰ ਰਹੇ ਆ ਜੀ ਤੁਹਾਡਾ ਹਾਂ ਜੀ ਕਾਲ ਕਰਨ ਲਈ ਬਹੁਤ-ਬਹੁਤ ਧੰਨਵਾਦ ਤਾਂ ਲੋਕ ਬਹੁਤ ਖੁਸ਼ ਨੇ ਕਿ ਤੁਸੀਂ ਬਹੁਤ ਵੱਡਾ ਕਾਰਜ ਕਰ ਰਹੇ ਹੋ ਤਾਂ ਕੁਝ ਲੋਕ ਜਿਵੇਂ ਇਸ ਤੋਂ ਪਹਿਲਾਂ ਇੱਕ ਕਾਲਰ ਸੀਗੇ सुरेंद्र ਜੀ ਉਹ ਜਾਂਦਾ ਚਾਹ ਰਹੇ ਕਿ ਤੁਹਾਡਾ ਕੋਈ ਅਕਾਊਂਟ ਨੰਬਰ ਜਿੱਥੇ ਅਸੀਂ ਤੁਹਾਡੀ مالی ਸਹਾਇਤਾ ਕਰ ਸਕੀਏ ਕਿਉਂਕਿ ਲੋਕ ਚਾਹੁੰਦੇ ਨੇ ਕਿ ਉਹ ਇਹਦੇ ਵਿੱਚ ਉਹ ਵੀ ਆਪਣਾ ਥੋੜਾ ਜਿਹਾ ਜਿਹੜਾ ਯੋਗਦਾਨ ਪਾਣ ਦੇਖੋ ਜੀ ਮੈਂ ਬਾਡੀ ਦੇ ਕੰਮ ਦੇ ਬਾਰੇ ਵਿੱਚ ਤਾਂ ਕਿਸੇ ਦਾ ਯੋਗਦਾਨ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਹ ਕੰਮ ਹੈ ਆਪਣੇ ਆਪ ਤੋਂ ਹੀ ਆਪਣੇ ਬੱਚਿਆਂ ਦੀ ਕਮਾਈ ਦੇ ਵਿੱਚੋਂ ਕਰਨਾ ਚਾਹੁੰਦਾ ਹੈ ਤੁਸੀਂ ਯੋਗਦਾਨ ਪਾਣਾ ਹੈ ਤੇ ਕਿਸੇ ਕਿਸ ਜਗ੍ਹਾ ਮੈਂ ਸੇਵਾ ਕਰਦਾ ਹਾਂ ਉੱਥੇ ਪੰਡਾਰਾ ਬੜਾ ਲੰਮਾ ਚੌੜਾ ਲੱਗਦਾ ਹੈ ਮਰੀਜ਼ਾਂ ਦੀ ਰੋਟੀ ਜਾਂਦੀ ਹੈ ਹਸਪੀਟਲ ਸੈਕਟਰ 6 ਪੰਜ ਕੁਲੇ ਚ ਤੁਸੀਂ ਉਧਰ ਚ ਯੋਗਦਾਨ ਪਾ ਸਕਦੇ ਹੋ ਲੇਕਿਨ ਡੈੱਡ ਬਾਡੀ ਦੇ ਕੇਸ ਦੇ ਵਿੱਚ ਨਹੀਂ ਹੋਇਆ ਅਸੀਂ ਆਪਣੇ ਪੱਲੇ ਤੋਂ ਕਰਨਾ ਚਾਹੁੰਦੇ ਆਂ ਜੀ ਬਿਲਕੁਲ ਪੰਡਿਤ ਜੀ ਖੋਰ ਕੋਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਕੀ ਨਾਇ ਤੁਹਾਡਾ ਕਿੱਥੋਂ ਬੋਲ ਰਹੇ ਹੋ ਮੈਂ ਮੰਗਲ ਸਿੰਘ ਤੋਂ ਬੋਲਦਾ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਇਹ ਵੀ ਜਦੋਂ ਨਵਾਰਤ ਲਾਲਾ ਜੀ ਸਤਕਾਰ ਹੋ ਜਾਂਦਾ ਹੈ ਹਾਂ ਜੀ ਉਹਨਾਂ ਨੂੰ ਪਤਾ ਲੱਗ ਜੇ ਘਰ ਵਾਲਿਆਂ ਨੂੰ ਵੀ ਬਾਅਦ ਵਿੱਚ ਵੀ ਅਰਸ਼ੀਆਂ ਉਹਨਾਂ ਨੂੰ ਮਿਲ ਸਕਦੇ ਆਂ ਤੁਸੀਂ ਆਪਣਾ ਸਵਾਲ ਦੁਹਰਾਓਗੇ ਜਿਵੇਂ ਸੰਸਕਾਰ ਕਰਦੇ ਮੇਰੇ ਵੀ ਬਾਅਦ ਵਿੱਚ ਉਹਦਾ ਪਤਾ ਲੱਗਦੇ ਆ ਆਪਣੀ ਦਾ ਹਾਂਜੀ ਹਾਂਜੀ ਕੋਈ ਵਰਤੀਆਂ ਵਾਲਾ ਜਾਣ ਤੇ ਮਰਦਾਂ ਦੀਆਂ ਉਹਨਾਂ ਨੂੰ ਹਾਂਜੀ ਤੁਹਾਡਾ ਕਾਲ ਕਰਨ ਲਈ ਧੰਨਵਾਦ ਦੇਖੋ ਜੀ ਜਿਹੜੀਆਂ ਅਸਤੀਆਂ ਨੇ 3 ਮਹੀਨੇ ਦੇ ਅੰਦਰ ਅੰਦਰ ਤਾਂ ਮਿਲ ਸਕਦੀਆਂ ਨੇ 3 ਮਹੀਨੇ ਤੋਂ ਬਾਅਦ ਅਸੀਂ ਉਹਨਾਂ ਨੂੰ ਹਰਦوار ਲੈ ਜਾਂਦੇ ਆ ਬਾਕੀ ਜਿਹੜੀ ਜੇ ਉਸਦੀ ਇਨਫੋਰਮੇਸ਼ਨ ਹੈ ਉਹ ਜਿਹੜੇ ਪੁਲਿਸ ਸਟੇਸ਼ਨ ਤੇ ਸਾਨੂੰ ਕੇਸ ਆਂਦਾ ਉਸ ਪੁਲਿਸ ਸਟੇਸ਼ਨ ਤੋਂ ਜੋ ਉਹਨਾਂ ਦੇ ਕੱਪੜਿਆਂ ਤੋਂ ਜੋ ਸ਼ਨਾਖਤ ਹੈ ਉਹ ਹੋ ਸਕਦੀ ਹੈ। ਹਾਂ ਜੀ ਬਿਲਕੁਲ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਹਲੋ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ? ਲੱਖਾ ਸਿੰਘ ਲੋਡ ਬੋਲ ਰਿਹਾ ਜੀ। ਹਾਂਜੀ ਲੱਖਾ ਸਿੰਘ ਜੀ ਕੀ ਕਹਿਣਾ ਚਾਹੋਗੇ? ਮੈਡਮ ਅੰਦਰ ਜੀ ਸਭ ਤੋਂ ਪਹਿਲਾਂ ਦਾ ਡੀਐਨਏ ਦਾ ਧੰਨਵਾਦ ਜੀ। ਜਿਹੜਾ ਬਹੁਤ ਵਧੀਆ ਬਦਲ ਰੋਜ਼ ਨਵੇਂ ਤੋਂ ਨਵਾਂ ਇੱਕ ਮੁੱਦਾ ਲੈ ਕੇ ਆਉਂਦੇ ਜੀ। ਜੀ ਬਹੁਤ-ਬਹੁਤ ਸ਼ੁਕਰੀਆ ਇੱਕ ਮੈਂ ਪੰਜੀ ਨੂੰ ਬੇਨਤੀ ਕਰਨੀ ਚਾਹ ਰਿਹਾ ਕਿ ਜਿਹੜਾ ਕਾਰਜ ਆਰੰਭਿਆ ਇਹਨਾਂ ਨੇ ਮਹਾਰਾਜ ਇਹਨਾਂ ਤੋਂ ਜਿੰਨ ਡੋਗੜ ਰਾਤ ਨੂੰ ਉਗੜੀ ਤਾਕਤ ਬਖਸ਼ੇ ਕਿਉਂਕਿ ਇਹ ਇਹੋ ਜਿਹੇ ਕਾਰਜ ਜਿਹੜਾ ਕਰਦਾ ਬਹੁਤ ਵਧੀਆ ਔਰ ਸਫਲਤਾ ਪੂਰਨਤੇ ਜੜਦੇ ਰਹਾ ਧੰਨਵਾਦ ਜੀ ਹਾਂਜੀ ਜੀ ਕਾਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤਾਂ ਲੋਕ ਬੜੀ ਸਲਾਗਾ ਕਰ ਰਹੇ ਨੇ ਪੰਡਿਤ ਜੀ ਇੱਕ ਗੱਲ ਜਾਨਣਾ ਚਾਹਾਂਗੇ ਕਿ ਹੁਣ ਤੱਕ ਤੁਸੀਂ ਬਹੁਤ ਸਾਰੀਆਂ ਲਵਾਰਾ ਸਲਾਸ਼ਨ ਦਾ ਸੰਸਕਾਰ ਕੀਤਾ ਹੋਵੇਗਾ ਕੋਈ ਅੰਦਾਜ਼ਾ ਕੀ ਕਿਉਂਕਿ 64 ਸਾਲ 1964 ਦੇ ਵਿੱਚ ਤੁਸੀਂ ਇਹ ਕਾਰਜ ਸ਼ੁਰੂ ਕੀਤਾ ਤੇ ਹੁਣ ਤੱਕ ਲਗਭਗ ਕਿੰਨੀਆਂ ਕੁ ਲਵਾਰਾ ਸਲਾਸ਼ਾ ਦਿਨਾਂ ਦਾੰਤਮ ਸੰਸਕਾਰ ਹੋ ਚੁੱਕਾ ਹੈ ਹਜ਼ਾਰਾਂ ਦੇ ਸਾਬ ਨਾਲ ਹੋ ਗਿਆ ਹੋਵੇਗਾ ਹਜ਼ਾਰਾਂ ਦੇ ਸਾਬ ਤੇ ਕਿਉਂਕਿ ਤੁਸੀਂ ਇਹਦੇ ਵਿੱਚ ਕਹਿ ਰਹੇ ਹੋ ਹਸਪੀਟਲ ਤੋਂ ਵੀ ਬਹੁਤ ਲੋਕ ਆਂਦੇ ਨੇ ਤਾਂ ਹਸਪੀਟਲ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਮਰੀਜ਼ ਹੁੰਦੇ ਨੇ ਤੇ ਤੁਹਾਡੇ ਦਿਲ ਵਿੱਚ ਕਦੇ ਨਹੀਂ ਆਉਂਦਾ ਕਿ ਅਸੀਂ ਲਾਸ਼ਾਂ ਦਾ ਸੰਸਕਾਰ ਕਰਦੇ ਪਏ ਆਂ ਦੇਖੋ ਜੀ ਪਹਿਲੇ ਜਿਹੜੇ ਹਸਪੀਟਲ ਦੇ ਵਿੱਚ ਅੱਜ ਕੱਲ ਤਾਂ ਮੋਬਾਈਲ ਚੱਲ ਪਾਇਆ ਪਹਿਲੇ ਹਸਪੀਟਲ ਦੇ ਅੱਜ ਤੋਂ 30 35 ਸਾਲ ਪਹਿਲੇ ਮਰੀਜ਼ਾਂ ਦੀਆਂ ਜਾ ਕਰਕੇ ਚਿੱਠੀਆਂ ਲਿਖਣਾ ਪੈਂਦੀਆਂ ਸੀਆਂ ਕਿ ਮੈਂ ਬਿਮਾਰ ਆਂ ਮੈਂ ਭਰਾਨੇ ਹਸਪਤਾਲ 'ਚ ਦਾਖਲ ਆ ਮੈਨੂੰ ਆ ਸਵੇਰੇ ਉੱਠ ਕੇ ਇਸ਼ਨਾਨ ਕਰਾਣਾ ਇਹ ਉਹ ਦਿਨ ਆ ਸੇਬਾ ਹੁੰਦੀਆਂ ਸੀ ਆਜ ਕੱਲ ਤਾਂ ਮੋਬਾਈਲ ਚੱਲ ਪਿਆ ਮਿੰਟ 'ਚ ਘਰ ਜਾ ਕਰਕੇ ਗੱਲ ਕਰ ਲੈਂਦੇ ਆ ਜੀ ਪੰਡਿਤ ਜੀ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ ਆਰਾਮ ਸਿੰਘ ਹੈ ਜੀ ਰਣਗਲੇਲਾ ਬੋਹਾਂ ਜੀ ਬੋਲਣ ਜੰਡਾ ਵਾਲੇ ਤੋਂ ਹਾਂਜੀ ਆਰਾਮ ਸਿੰਘ ਜੀ ਕੀ ਕਹਿਣਾ ਚਾਹੋਗੇ ਅਸੀਂ ਪਹੁੰਚਿਆ ਕਰਨਾ ਚਾਹੁੰਦੇ ਆ ਸ਼ਰਮਾ ਜੀਆ ਨੂੰ ਜੀ ਬੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਇਸ ਕੰਮ ਜਿਹੜਾ ਕੰਮ ਕਰਦੇ ਨੇ ਇਹ ਧਰਮ ਦਾ ਕੰਮ ਜੀ

ਜੀ ਕਾਲ ਕਰਨ ਲਈ ਬਹੁਤ-ਬਹੁਤ ਧੰਨਵਾਦ ਪੰਡਿਤ ਜੀ ਕੀ ਕਹਿਣਾ ਚਾਹੋਗੇ ਦੇਖੋ ਜੀ ਮਜਬਦਾ ਸਾਨੂੰ ਤਾਂ ਪੁਲਿਸ ਸਟੇਸ਼ਨ ਦੀ ਜੋ ਵੀ ਬਾਡੀ ਆਏਗੀ ਅੱਜ ਦਿਨ ਤੱਕ ਦੂਸਰੇ ਮਜਬਦੀ ਦਾ ਕੋਈ ਨਹੀਂ ਜਿਹੜੀ ਵੀ ਕਿਸ ਤਰ੍ਹਾਂ ਦੀ ਬਾਡੀ ਆਏਗੀ ਅਸੀਂ ਉਸ ਹਸਾਬ ਨਾਲ ਅਸੀਂ ਉਹਨਾਂ ਦਾ ਸੰਸਕਾਰ ਕਰ ਦਿੰਨੇ ਆ ਜੀ ਪੰਡਿਤ ਜੀ ਇਸ ਜਿਵੇਂ ਹੁਣ ਲਵਾਰਸ ਲਾਸ਼ਾਂ ਦਾ ਅੰਤਿਮ ਸੰਸਕਾਰ ਤੁਸੀਂ ਕਰਦੇ ਹੋ ਬਹੁਤ ਵੱਡਾ ਕਾਰਜ ਹੈ ਬਹੁਤ ਵੱਡੀ ਸੇਵਾ ਹੈ ਤੁਹਾਡੀ ਇਸ ਤੋਂ ਇਲਾਵਾ ਵੀ ਕੋਈ ਸਮਾਜਿਕ ਕਾਰਜ ਜਿਹੜਾ ਤੁਸੀਂ ਕਰ ਰਹੇ ਹੋ ਅੱਜਕੱਲ ਮੈਂ ਜੀ ਸ਼ੁਰੂ ਤੋਂ ਹੀ ਇਹਨਾਂ ਸੇਵਾਾਂ ਤੇ ਜੁੜਿਆ ਹੋਇਆ ਜਿਸ ਤਰ੍ਹਾਂ ਕੋ ਮੰਦਰ ਦੇ ਵਿੱਚ ਫੰਕਸ਼ਨ ਆ ਗਿਆ ਕੋ ਜੁੱਤੀਆਂ ਦੀ ਸੇਵਾ ਆ ਗਈ ਹੈ ਜਾਂ ਕਿਤੇ ਕਥਾ ਬਾਚਕ ਚੱਲ ਰਹੀ ਹੈ ਉੱਥੇ ਦੀ ਕੋਈ ਪਾਣੀ ਪਲਾਣ ਦੀ ਕੋਈ ਵੀ ਸੇਵਾ ਮਿਲ ਗਈ ਹੈ ਜਿਹੜਾ ਸਾਨੂੰ ਇਨਵਾਈਟ ਕਰ ਲੈਂਦਾ ਨਾ ਵੀ ਕਰੇ ਜਿਹੜਾ ਅੱਛਾ ਲੱਗੇ ਉੱਥੇ ਚਲੇ ਜਾਂਦੇ ਆ ਸੇਵਾ ਕਰ ਲੈਣੇ ਆ ਪੰਡਿਤ ਜੀ ਖੋਰ ਕੋਲਰ ਸਾਡੇ ਨਾਲ ਜੁੜ ਗਏ ਨੇ ਹੈਲੋ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ ਹਾਂ ਜਗਜੀਤ ਬੋਲ ਰਿਹਾ ਜੀ ਰਾਜ ਵੜਾਪੋਣੀਆ ਨੂੰ ਹਾਂ ਜੀ ਜਗਜੀਤ ਜੀ ਕੀ ਕਹਿਣਾ ਚਾਹੋਗੇ ਪੰਡਿਤ ਜੀ ਸੇ ਬਾਤ ਕਰਨਾ ਚਾਹਤੇ ਥੇ ਜੋ ਇਹ ਕੰਮ ਕਰ ਰਹਾ ਹੈ ਬਹੁਤ ਅੱਛਾ ਐਸੇ ਇਨਸਾਨ ਤੋਂ ਜ਼ਿੰਦਗੀ ਮੇ ਬਹੁਤ ਕਮ ਆਤੇ ਹੈ ਔਰ ਸ਼ਰਮਾ ਜੀ ਵਧਾਈ ਦੇ ਪਾਤਰ ਹੈ ਜੀ ਜੀ ਬਿਲਕੁਲ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਤਾਂ ਤੁਹਾਨੂੰ ਬਹੁਤ ਵਧਾਈਆਂ ਆ ਰਹੀਆਂ ਨੇ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਹੈਲੋ ਕੀ ਨਾਏ ਤੁਹਾਡਾ ਕਿੱਥੋਂ ਬੋਲ ਰਹੇ ਹੋ ਹੈਲੋ ਹਾਂਜੀ ਕੀ ਨਾਏ ਤੁਹਾਡਾ ਹਾਂਜੀ ਜੀ ਮੇਰਾ ਨਾਮ ਮੁਸਕਾਨ ਹੈ ਹਾਂਜੀ ਮੁਸਕਾਨ ਜੀ ਕਿੱਥੋਂ ਬੋਲ ਰਹੇ ਹੋ ਤੁਸੀਂ ਹਾਂਜੀ ਅਸੀਂ ਜੰਮੂ ਸੇ ਬੋਲ ਰਹੇ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਮੁਸਕਾਨ ਜੀ ਹਲੋ ਹਾਂਜੀ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਕਹਿਣਾ ਚਾਹ ਰਹੀ ਹਾਂ ਕਿ ਪੰਡਿਤ ਜੀ ਨੂੰ ਇਸ ਟਾਈਮ ਸੀ ਟੀਵੀ ਤੇ ਦੇਖ ਰਹੀ ਸੀ ਹਾਂਜੀ ਕਿ ਬਹੁਤ ਹੀ ਅੱਛਾ ਲੱਗਾ ਕਿ ਪੰਡਿਤ ਜੀ ਤਾਂ ਬਹੁਤ ਹੀ ਬਹੁਤ ਅੱਛਾ ਕੰਮ ਕਰ ਰਹੇ ਨੇ ਜੀ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ ਤਾਂ ਬਹੁਤ ਸਾਰੀਆਂ ਵਧਾਈਆਂ ਆ ਰਹੀਆਂ ਨੇ ਤੁਹਾਡੇ ਲਈ ਤਾਂ ਲੋਕ ਬਹੁਤ ਖੁਸ਼ ਨੇ ਤਾਂ ਜ਼ਰੂਰ ਲੋਕ ਵੀ ਇਸ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੁੰਦੇ ਨੇ ਪੰਡਿਤ ਜੀ ਹੁਣ ਜਿਵੇਂ ਬਹੁਤ ਸਾਰੀਆਂ ਕਾਲਸ ਆ ਰਹੀਆਂ ਕਹਿ ਰਹੇ ਨੇ ਕਿ ਇਸਕਾਰ ਇਸ ਤੋਂ ਖੁਸ਼ ਨੇ ਤਾਂ ਤੁਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂ ਇਹ ਸੰਦੇਸ਼ ਦੇਵਾਂਗਾ ਜੀ ਕਿ ਮੇਰੇ ਤੋਂ ਬਾਅਦ ਵੀ ਐਸੇ ਬੱਚੇ ਅੱਗੇ ਨਿਕਲਣ ਜਿਹੜੇ ਜੇ ਇਸ ਕੰਮ ਨੂੰ ਚਲਾਉਂਦੇ ਰਹਿਣ ਇਹ ਕੰਮ ਜਿਹੜਾ ਹੈ ਮੈਨੂੰ ਤਾਂ ਇਸ ਕਰਕੇ ਅੱਛਾ ਲੱਗਾ ਕਿ ਮੇਰੇ ਤੇ ਭਗਵਾਨ ਦੀ ਬੜੀ ਕਿਰਪਾ ਹੋਈ ਹੈ ਜਿਸ ਲਈ ਮੈਂ ਨਿਕਲਿਆ ਥਾ ਮੈਂ ਇਸ ਦੇ ਕਾਬਲ ਨਹੀਂ ਥਾ ਜੋ ਕਿ ਇੱਥੇ ਤੱਕ ਪਹੁੰਚ ਜਾਂਦਾ ਤੇ ਇਹ ਸੇਵਾ ਦਾ ਫਲ ਜੋ ਹੈ ਇਹ ਜਰੂਰ ਮਿਲਦਾ ਹੈ ਚਾਹੇ ਅੱਜ ਮਿਲੇ ਜਾਂ ਕੱਲ ਮਿਲੇ ਸੇਵਾ ਦਾ ਫਲ ਜਰੂਰ ਮਿਲਦਾ ਹੈ ਪੰਡਿਤ ਜੀ ਜਿਵੇਂ ਅੱਜ ਕੱਲ ਦੀ ਨੌਜਵਾਨ ਪੀੜੀ ਕੁਰਾਹੇ ਪੈਂਦੀ ਜਾ ਰਹੀ ਹੈ ਤੇ ਪਰ ਇਸ ਤੁਹਾਡੇ ਕਾਰਜ ਤੋਂ ਪ੍ਰਸੰਨ ਹੋ ਕੇ ਪ੍ਰਭਾਵਿਤ ਹੋ ਕੇ ਤੁਹਾਡਾ ਬੇਟਾ ਵੀ ਇਸ ਕਾਰਜ ਦੇ ਵਿੱਚ ਸ਼ਾਮਲ ਹੋ ਗਿਆ ਹੈ ਤਾਂ ਕਿਉਂਕਿ ਤੁਹਾਡੇ ਕੰਮ ਨੂੰ ਤੁਹਾਡੀ ਪਤਨੀ ਨੇ ਸ਼ੁਰੂ ਦੇ ਵਿੱਚ ਰੋਕਿਆ ਸੀ ਤਾਂ ਉਹਨਾਂ ਨੇ ਇਸ ਵਾਰੀ ਪਰਿਵਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਆਈ ਕਿ ਨਹੀਂ ਬੇਟੇ ਨੂੰ ਨਹੀਂ ਕਰਨਾ ਚਾਹੀਦਾ ਨਹੀਂ ਨਹੀਂ ਮੇਰਾ ਬੇਟਾ ਜੋ ਹੈ ਨਾ ਉਹ ਇਸ ਲਾਈਨ ਦੇ ਵਿੱਚ ਖੁਦ ਹੀ ਪੈਣਾ ਚਾਹੁੰਦਾ ਸੀ ਔਰ ਇਹ ਕੁਛ ਦਿਨਾ ਤੋਂ ਸਾਲ ਦੋ ਸਾਲ ਤੋਂ ਉਹ ਨਾਲ ਜੁੜ ਗਿਆ ਹੈ ਔਰ ਨਾਲ ਪੂਰਾ ਕੰਮ ਕਰ ਰਿਹਾ ਉਹ ਔਰ ਮੈਂ ਵੀ ਉਸ ਨੂੰ ਇਹ ਹੀ ਰਾਜ ਦਿੱਤੀ ਸੀ ਕਿ ਬੇਟਾ ਮੇਰੇ ਤੋਂ ਬਾਅਦ ਇਸ ਕੰਮ ਨੂੰ ਬੰਦ ਨਹੀਂ ਕਰਨਾ ਮੇਰੇ ਨਾਲ ਜਿਹੜੇ ਜੇ ਦੋ ਸਾਥੀਆਂ ਉਹਨਾਂ ਨੂੰ ਵੀ ਇੱਕ ਸਾਥੀ ਜਿਹੜਾ ਉਹਨੂੰ ਵੀ ਮੈਂ ਇਹ ਹੀ ਕਿਹਾ ਹੈ ਕਿ ਭਾਈ ਜਦ ਤੱਕ ਮੈਂ ਜਿੰਦਾ ਚਲਾਵਾਂਗਾ ਉਸ ਤੋਂ ਬਾਅਦ ਵੀ ਇਸ ਕੰਮ ਨੂੰ ਜਿਹੜਾ ਚਲਾਉਂਦੇ ਰਹੋ ਹਰ ਦੁਆਰ ਤੱਕ ਹਰ ਦੁਆਰ ਜਾ ਕਰਕੇ ਵੀ ਇਹਨਾਂ ਦੀ ਗਤੀ ਕਰਾਓ ਪੱਡੇ ਜੀ ਤੁਸੀਂ ਦੱਸਿਆ ਸੀ ਕਿ 올 ਇੰਡੀਆ ਸੇਵਾ ਸਮਿਤੀ ਨਾਲ ਤੁਸੀਂ ਜੁੜੇ ਹੋਏ ਸੀ ਤੇ ਉੱਥੋਂ ਤੁਹਾਨੂੰ ਬੜੀ ਪ੍ਰੇਰਣਾ ਮਿਲੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਵਾਕਿਆ ਵਾਪਰਿਆ ਸੀ ਜਿਸ ਤੋਂ ਬਾਅਦ ਤੁਸੀਂ ਸੋਚਿਆ ਕਿ ਮੈਂ ਅਜਿਹਾ ਕਾਰਜ ਕਰਾਂ ਨਹੀਂ ਮੈਨੂੰ ਜਿਹੜੀ ਸੇਵਾ ਅੱਛੀ ਲੱਗੀ ਉਸ ਤੋਂ ਬਾਅਦ ਜਦ ਮੇਰੇ ਘਰ 'ਚ ਖੁਸ਼ਹਾਲੀ ਠੀਕ ਆਈ ਰਹੀ ਮੈਂ ਇਸ ਚੀਜ਼ ਤੋਂ ਮੰਨ ਚੇ ਚੀਜ਼ ਬਣਾ ਲਈ ਕਿ ਮੈਂ ਇਸ ਸੇਵਾ ਨੂੰ ਜਿਹੜਾ ਹੈ ਉਹ ਰੱਖਾਂਗਾ ਪੰਡਿਤ ਜੀ ਤੁਸੀਂ ਕੀ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਕੋਈ ਮੰਗ ਰੱਖਦੇ ਹੋ ਕਿ ਇਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਨੇ ਨਹੀਂ ਜੀ ਮੈਂ ਇਸ ਕੰਮ ਵਾਸਤੇ ਸਰਕਾਰ ਤੋਂ ਕੁਝ ਨਹੀਂ ਲੈਣਾ ਚਾਹੁੰਦਾ ਹਾਂ ਹਾਂ ਜੀ ਬਿਲਕੁਲ ਪੰਡਿਤ ਜੀ ਤੁਸੀਂ ਇਹ ਪੂਰੀ ਸੇਵਾ ਆਪਣੇ ਹੱਥੀਂ ਕਰਨ ਦੇ ਬਹੁਤ ਇੱਛੂ ਹੋ ਪਰ ਫਿਰ ਵੀ ਜੇ ਕੋਈ ਯੋਗਦਾਨ ਪਾਣਾ ਚਾਹੇ ਤਾਂ ਕਿਸ ਤਰ੍ਹਾਂ ਯੋਗਦਾਨ ਪਾ ਸਕਦਾ ਹੈ ਤੁਹਾਡੇ ਇਸ ਕਾਰਜ ਦੇ ਵਿੱਚ ਇਸ ਕਾਰਜ ਦੇ ਵਿੱਚ ਤਾਂ ਜੀ ਮੈਂ ਕਈ ਬੰਦਿਆਂ ਦਾ ਇਹ ਯੋਗਦਾਨ ਕਹਿ ਦਿੰਦਾ ਜੇ ਕੋਈ بڑے ਮਗਰ ਪੈਂਦਾ ਹੈ ਕਿ ਤੁਸੀਂ ਇੱਕ ਥਾਂ ਜਾਂ ਦੋ ਥਾਂ ਮਰਾ ਮੌਰਚਰੀ ਦੇ ਵਿੱਚ ਜਿੱਥੇ ਵੀ ਤੁਹਾਡੇ ਸ਼ਹਿਰ ਦੇ ਲਾਗੇ ਮੌਰਚਰੀ ਹੈ ਜਿੱਥੇ ਜੇ ਉਹ ਹੁੰਦੇ ਆ ਪੋ ਸਮਾਰਟ ਹੁੰਦੇ ਆ ਉੱਥੇ ਭਜਵਾ ਦਿਓ ਬਸ ਉਹ ਹੀ ਗੋਤ ਹੈ ਅ ਪੰਡਿਤ ਜੀ ਕਈ ਤਰ੍ਹਾਂ ਦੀਆਂ ਲਵਾਰਸ ਲਾਸ਼ਾਂ ਹੁੰਦੀਆਂ ਨੇ ਹਾਦਸੇ ਦੇ ਵਿੱਚ ਤੇ ਤੁਹਾਡੇ ਪਰਿਵਾਰ ਵੱਲੋਂ ਵੀ ਕੋਈ ਦਿੱਕਤ ਨਹੀਂ ਆਈ ਹਾਲਾਂਕਿ ਸ਼ੁਰੂਆਤ ਦੇ ਵਿੱਚ ਤੁਹਾਡੀ ਪਤਨੀ ਨੇ ਬਹੁਤ ਮਨਾ ਕੀਤਾ ਤੁਹਾਨੂੰ ਤੇ ਅੱਜ ਤੁਸੀਂ ਕੀ ਇਸ ਕੰਮ ਤੋਂ ਰਿਟਾਇਰ ਹੋਣਾ ਪਸੰਦੀ ਕਰੋਗੇ ਇਸ ਉਮਰ ਦੇ ਪੜਾ ਦੇ ਇਸ ਵਿੱਚ ਪਹੁੰਚ ਕੇ ਮੈਂ ਤਾਂ ਇਸ ਕੰਮ ਨੂੰ ਬਹੁਤ ਅੱਛਾ ਕੰਮ ਸਮਝਦਾ ਜੀ ਮੇਰਾ ਪਰਿਵਾਰ ਵੀ ਹੁਣ ਜਿਹੜਾ ਹੈ ਇਸ ਕੰਮ ਤੋਂ ਮੈਨੂੰ ਨਹੀਂ ਰੋਕਦਾ ਹੁਣ ਤਾਂ ਕਹਿਣਗੇ ਕਿ ਜਾਓ ਜੀ ਪੰਡਿਤ ਜੀ ਅਸੀਂ ਵੀ ਚਾਹਾਂਗੇ ਕਿ ਤੁਹਾਡਾ ਇਹ ਕੰਮ ਫਲਦਾ ਫੁੱਲਦਾ ਰਹੇ ਤੇ ਤੁਹਾਡੇ ਪੁੱਤਰ ਜੀ ਜਾਂ ਕੋਈ ਹੋਰ ਨੌਜਵਾਨ ਪੀੜ੍ਹੀ ਵੀ ਇਸ ਕੰਮ ਦੇ ਵਿੱਚ ਅੱਗੇ ਆ ਕੇ ਪੂਰੀ ਮਦਦ ਕਰੇ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਦਰਸ਼ਕਾਂ ਨਾਲ ਤੁਸੀਂ ਰੂਬਰੂ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਦੇ ਨਾਲ ਹੀ ਸਾਡਾ ਅੱਜ ਦਾ ਇਹ ਬ੍ਰੇਕਫਾਸਟ ਸ਼ੋ ਇੱਥੇ ਹੀ ਖਤਮ ਹੁੰਦਾ ਹੈ ਤੁਸੀਂ ਆਪਣੀ ਰਾਏ ਸਾਨੂੰ ਦੇ ਸਕਦੇ ਹੋ ਐਡੀਟਰ@nightnews.com ਤੇ ਜਾ ਕੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿ ਤੋਂ ਵੀ ਜੁੜੋ मिलेंगे फेसबुक पे, अस् दिखांगे यूट्यूब पे, फॉलो करो ट्विटर पे, खबर जुड़े रहो दिन रात